ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਤਕਰੀਬਨ 100 ਦਿਨਾਂ ਬਾਅਦ ਚਾਰ ਨਵੇਂ ਕਰੋਨਾ ਕੇਸ ਪਾਏ ਗਏ ਹਨ ਸੋ ਸਰਕਾਰ ਵੱਲੋਂ ਇਸ ਮਹਾਮਾਰੀ ਨੂੰ ਇੱਥੇ ਹੀ ਰੋਕਣ ਲਈ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ ਲੋਕਡਾਊਨ ਤਿੰਨ ਆਕਲੈਂਡ ਦੇ ਵਿੱਚ ਤਿੰਨ ਦਿਨਾਂ ਤੱਕ ਚੱਲੇਗਾ ਜਿਸ ਦਾ ਮਕਸਦ ਨਾਗਰਿਕਾਂ ਨੂੰ ਕਰੋਨਾ ਦੇ ਪ੍ਰਕੋਪ ਤੋਂ ਬਚਾਉਣਾ ਹੈ ਨਿਊਜ਼ੀਲੈਂਡ ਦੇ ਵਿੱਚ ਕਰੋਨਾ ਵਾਇਰਸ ਦੀ ਸੈਕੰਡ ਵੇਵ ਦਾ ਖਤਰਾ ਜੜਾਏ ਮਡਰਾਉਣਾ ਸ਼ੁਰੂ ਹੋ ਗਿਆ ਹੈ। ਕੱਲ ਸ਼ਾਮੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਦ ਦਾ ਆਰਡਰ ਨੇ ਲਾਈਵ ਹੋ ਕੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਦੱਸਿਆ ਕਿ ਆਕਲੈਂਡ ਦੇ ਵਿੱਚ ਕਰੋਨਾ ਵਾਇਰਸ ਦੇ 4 ਕੇਸ ਜਿਹੜੇ ਸਾਹਮਣੇ ਆਏ ਨੇ ਉਹ ਕਮਿਊਨਿਟੀ ਦੇ ਵਿੱਚੋਂ ਨੇ। ਇੱਕ ਹੀ ਫੈਮਿਲੀ ਦੇ ਜਿਹੜੇ ਇਹ ਮੈਂਬਰ ਨੇ ਔਰ ਇਸ ਵਕਤ ਆਈਸੋਲੇਸ਼ਨ ਦੇ ਵਿੱਚ ਰਹ ਰਹੇ ਨੇ। ਇਸ ਤੋਂ ਇਲਾਵਾ ਇਸ ਵਕਤ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਲੈਵਲ 3 ਲਾਕਡਾਊਨ ਕਰ ਦਿੱਤਾ ਗਿਆ ਹੈ। ਸਕੂਲਸ ਬੰਦ ਹੋ ਚੁੱਕੇ ਨੇ ਕਾਲਜੇਸ ਬੰਦ ਹੋ ਚੁੱਕੇ ਨੇ ਰੈਸਟੋਰੈਂਟਸ ਬੰਦ ਹੋ ਚੁੱਕੇ ਨੇ ਔਰ ਬਾਕੀ ਜਿਹੜੇ ਮਾਲਸ ਨੇ ਉਹ ਵੀ ਬੰਦ ਹੋ ਚੁੱਕੇ ਨੇ ਇਸ ਵਕਤ ਰੈਸਟੋਰੈਂਟਸ ਦੇ ਵਿੱਚ ਸਿਰਫ ਤੇ ਸਿਰਫ ਡਿਲੀਵਰੀਜ਼ ਅਲਾਉ ਨੇ ਡਾਈਨ ਇਨ ਜੜਾ ਇਹ ਅਲਾਉਡ ਨਹੀਂ ਹੈ ਤੇ ਬਾਕੀ ਜੇ ਗੈਦਰਿੰਗ ਦੀ ਗੱਲ ਕਰੀ ਤਾਂ ਗੈਦਰਿੰਗ ਦੇ ਵਿੱਚ 10 ਬੰਦਿਆਂ ਦੀ ਗੈਦਰਿੰਗ ਅਲਾਉਡ ਹੈ ਉਹ ਵੀ ਅਗਰ ਕੋਈ ਫਿਊਨਰਲ ਹੈ ਜਾਂ ਮੈਰਿਜੇਸ ਤੇ ਜਾਣਾ ਕੋਈ ਜ਼ਰੂਰੀ ਹੈ ਦੈਟਸ ਇਟ ਇਸ ਤੋਂ ਇਲਾਵਾ ਇਸ ਵਕਤ 3 ਦਿਨਾਂ ਵਾਸਤੇ ਆਕਲੈਂਡ ਦੇ ਵਿੱਚ ਲੈਵਲ 3 ਲਾਕਡਾਊਨ ਚੱਲ ਰਿਹਾ ਹੈ ਤੇ ਪੂਰੇ ਦੇਸ਼ ਦੀ ਜੇ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਲੈਵਲ 2 ਹੈ ਔਰ ਆਕਲੈਂਡ ਦੇ ਵਿੱਚ ਜ਼ਿਆਦਾ ਸਪਰੈਡ ਹੋਣ ਦੇ ਚਾਂਸ ਜਿਹੜੇ ਡਰ ਮਹਿਸੂਸ ਕੀਤਾ ਜਾ ਰਿਹਾ ਹੈ ਇਸ ਕਰਕੇ ਲਾਕਡਾਊਨ 3 ਦਿਨਾਂ ਲਈ ਫਿਲਹਾਲ ਦੀ ਘੜੀ ਕੀਤਾ ਗਿਆ ਹੈ ਬਾਕੀ ਫਰਾਈਡੇ ਨੂੰ ਪਤਾ ਚੱਲੇਗਾ ਕਿ ਇਹ ਲਾਕਡਾਊਨ ਜਿਹੜਾ ਐਕਸਟੈਂਡ ਹੁੰਦਾ ਹੈ ਕਿ ਨਹੀਂ ਸਮ ਮਾਈ ਆਸਕ ਵਾਈਡਰਸ ਸੈਟ ਵੀ ਓਨਲੀ ਹੈਵ ਆਕਲੈਂਡ ਐਟ ਲੈਵਲ 3 ਆਵਿਅਸਲੀ ਥੈਟ ਇਜ਼ ਕਰੰਟਲੀ ਦ ਸੋਰਸ Uh, and the centre, as it were, of this particular outbreak. And so at the moment, those who are investigating in Rotorua, primarily we're looking at potentially casual contacts, whereas obviously in Auckland, we are looking for the source of um, the infection at this point in time. As Dr. Bloomfield has said, testing will play a very important role over the next three days as we gather further information. As I said last night, I now have extra information on testing stations in Auckland. They are available at Northcote, Eden Terrace, Henderson, New Lynn, Woody and Otara. And they will operate from uh, 8 or 9 am, depending on the site, until 5 or 6 pm, seven days a week. We ask that you check the Auckland Regional Public Health Services or DHB website for local details. ਇਸ ਦੇ ਨਾਲ ਹੀ ਸਵਾਲ ਇਹ ਉੱਠਦਾ ਹੈ ਕਿ ਕੀ ਨਿਊਜ਼ੀਲੈਂਡ ਫਾਈਨੈਂਸ਼ਲੀ ਰੈਡੀ ਹੈ ਕਰੋਨਾ ਵਾਇਰਸ ਦੀ ਸੈਕੰਡ ਵੇਵ ਦੇ ਨਾਲ ਲੜਨ ਵਾਸਤੇ ਇਸ ਦੇ ਨਾਲ ਹੀ ਮੈਂ ਗਗਨ ਪੀਟੀਸੀ ਨਿਊਜ਼ ਆਕਲੈਂਡ ਨਿਊਜ਼ੀਲੈਂਡ ਤੋਂ